हां जी दोस्तों वेलकम स्वागत है ਤੁਹਾਡਾ ਸਟੱਡੀਸ਼ਿਪ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਰਾਹੀਂ ਇਲੈਕਟ੍ਰੀਕਲ ਕੁਆਂਟੀਟिज ਤੇ ਉਹਨਾਂ ਦੇ ਯੂਨਿਟਸ ਤੇ ਸਿੰਬल्स ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੱਖ-ਵੱਖਰੀਆਂ ਇਲੈਕਟ੍ਰੀਕਲ ਕੁਆਂਟੀਟिज ਦੇ ਬਾਰੇ ਔਰ ਉਹਨਾਂ ਦੀਆਂ ਯੂਨਿਟਸ ਦੇ ਬਾਰੇ ਜਾਣਕਾਰੀ ਤੁਹਾਨੂੰ ਮਿਲੇਗੀ ਸਟੇ ਕਨੈਕਟਡ ਸਟੇ ਅਪਡੇਟਡ ਜੁੜੇ ਰਹੋ ਇਸ ਚੈਨਲ ਦੇ ਨਾਲ ਔਰ ਅਪਡੇਟ ਰਹੋ ਸੋ ਬਿਨਾ ਕਿਸੇ ਦੇਰੀ ਤੋਂ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਇਹ ਲੈਕਚਰ ਇਲੈਕਟ੍ਰੀਕਲ ਕੁਆਂਟੀਟिज ਦੇ ਬਾਰੇ ਵੱਖ-ਵੱਖਰੀਆਂ ਇਲੈਕਟ੍ਰੀਕਲ ਕਵਾਂਟਿਟੀਆਂ ਦੀ ਤੁਹਾਨੂੰ ਜਾਣਕਾਰੀ ਮਿਲੇਗੀ ਔਰ ਕੰਪੀਟੀਟਿਵ ਐਗਜ਼ਾਮ ਜਿਵੇਂ ਅਪ੍ਰੈਂਟਿਸਸ਼ਿਪ ਦਾ ਪੇਪਰ ਜਾਂ ਏ ਐਲ ਐਮ ਦਾ ਪੇਪਰ ਉਹਨਾਂ ਦੇ ਵਿੱਚ ਕਾਫੀ ਹੈਲਪ ਤੁਹਾਡੀ ਹੋ ਸਕਦੀ ਹੈ ਇਹਦੇ ਚੋਂ ਕੁਐਸਚਨਸ ਆ ਜਿਹੜੇ ਪੁੱਛੇ ਜਾਂਦੇ ਆ ਇਹੋ ਜੇ ਟਾਪਿਕ ਦੇ ਵਿੱਚੋਂ ਸੋ ਹੋਰ ਕਿਸੇ ਤਰ੍ਹਾਂ ਦੀ ਪੁੱਛਗਿੱਛ ਤੇ ਲਈ ਜਾਂ ਸੁਝਾਅ ਦੇ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ WhatsApp ਗਰੁੱਪ ਸਟੱਡੀਸ਼ਿਪ ਨਾਂ ਦਾ ਤੁਹਾਡੇ ਲਈ ਕ੍ਰੀਏਟ ਕੀਤਾ ਗਿਆ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਲਿੰਕ ਕਲਿੱਕ ਕਰਕੇ ਫ੍ਰੀ ਆਫ ਕਾਸਟ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਤਾਂ ਕਿ ਤੁਹਾਡੇ ਕੋਲ ਡੇਲੀ ਅਪਡੇਟਸ ਆ ਜਿਹੜੀਆਂ ਉਹ ਤੁਹਾਨੂੰ ਮਿਲਦੀਆਂ ਰਹਿਣ ਚੈਨਲ ਦੀ ਮੈਂਬਰਸ਼ਿਪ ਜੁਆਇਨ ਕਰ ਸਕਦੇ ਹੋ ਜੁਆਇਨ ਦਾ ਬਟਨ ਕਲਿੱਕ ਕਰਕੇ ਸੋ ਇਹ ਤੁਹਾਡੇ ਹੈਲਪ ਦੇ ਲਈ ਹੈ ਸੋ ਇਲੈਕਟ੍ਰੀਕਲ ਕੁਆਂਟੀਟੀਆਂ ਦੇ ਵੱਖ-ਵੱਖਰੇ ਜਿਹੜੇ ਪੈਰਾਮੀਟਰਸ ਇਲੈਕਟ੍ਰੀਕਲ ਕੁਆਂਟੀਟੀਆਂ ਨੇ ਉਹਨਾਂ ਦੀਆਂ ਜਿਹੜੀਆਂ ਯੂਨਿਟਸ ਨੇ ਔਰ ਉਹਨਾਂ ਦੇ ਸਿੰਬਲ ਚਿੰਨ ਨੇ ਕਿਵੇਂ ਦਰਸਾਉਣਿਆ ਯੂਨਿਟ ਨੂੰ ਉਹ ਸਾਰੇ ਤੁਹਾਡੇ ਨਾਲ ਇੱਕ-ਇੱਕ ਕਰਕੇ ਡਿਸਕਸ ਕਰਾਂਗੇ ਸੋ ਸਭ ਤੋਂ ਪਹਿਲਾਂ ਇਲੈਕਟ੍ਰੀਕਲ ਕੁਆਂਟੀਟੀ ਜਿਹੜੀ ਹੈ ਉਹ ਹੈ ਇਲੈਕਟ੍ਰਿਕ ਕਰੰਟ ਬਿਜਲਈ ਕਰੰਟ ਜਿਸ ਨੂੰ ਬਿਜਲਈ ਧਾਰਾ ਕਿਹਾ ਜਾਂਦਾ ਹੈ ਤਾਂ ਬਿਜਲਈ ਧਾਰਾ ਨੂੰ I ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਔਰ ਇਹਦੇ ਯੂਨਿਟ ਨੇ ਜਿਹੜੇ ਐਂਪੀਅਰਸ ਨੇ A M P E ਵੀ ਲਿਖਦੇ ਆਂ ਸ਼ਾਰਟ ਦੇ ਵਿੱਚ ਔਰ ਇਹਦਾ ਸਿੰਬਲ ਹੈ ਜਿਹੜਾ ਕੈਪੀਟਲ A ਦੇ ਨਾਲ ਲਿਆ ਜਾਂਦਾ ਵੱਡਾ ਅੱਖਰ A V C ਦਾ A ਦੂਸਰੀ ਕੁਆਂਟੀਟੀ ਜਿਹੜੀ ਹੈ ਉਹ ਹੈ ਵੋਲਟੇਜ ਵੋਲਟੇਜ ਜਾਂ E M F ਇਲੈਕਟ੍ਰੋਮੋਟਿਵ ਫੋਰਸ ਜਾਂ ਪੀਡੀ ਬੋਲਦੇ ਆ ਪੋਟੈਂਸ਼ੀਅਲ ਡਿਫਰੈਂਸ ਇਹਨੂੰ ਚਿੰਨ ਵੀ ਦੇ ਨਾਲ ਜਾਂ ਈ ਦੇ ਨਾਲ ਦਰਸਾਇਆ ਜਾਂਦਾ ਵੱਡੀ ਕੈਪੀਟਲ ਵੀ ਜਾਂ ਈ ਦੇ ਨਾਲ ਤਾਂ ਇਹਦੇ ਯੂਨਿਟ ਨੇ ਵੋਲਟ ਜਾਂ ਵੋਲਟਸ ਕਹਿੰਦੇ ਨੇ ਤਾਂ ਇਹਦੀ ਯੂਨਿਟ ਦਾ ਸਿੰਬਲ ਹੈ ਜਿਹੜਾ ਉਹ ਹੈ ਵੀ ਕੈਪੀਟਲ ਵੀ ਅਗਲੀ ਕੁਆਂਟੀਟੀ ਜਿਹੜੀ ਹੈ ਰੈਜ਼ਿਸਟੈਂਸ ਪ੍ਰਤੀਰੋਧ ਜਿਸ ਨੂੰ ਬੋਲਦੇ ਆ ਪ੍ਰਤੀਰੋਧ ਦੇ ਚਿੰਨ ਹੈ ਜਿਹੜਾ ਉਹ ਹੈ ਆਰ ਰੈਜ਼ਿਸਟੈਂਸ ਨੂੰ ਆਰ ਦੇ ਨਾਲ ਦਰਸਾਇਆ ਜਾਂਦਾ ਹੈ ਔਰ ਇਹਦੇ ਯੂਨਿਟ ਨੇ ਜਿਹੜੇ ਮਾਪਣ ਦੀ ਇਕਾਈ ਹੈ ਜਿਹੜੀ ਇਹਦੀ ਉਹ ਹੈ ਓਮ ਓ ਐਚ ਐਮ ਓਮ ਔਰ ਇਹਦਾ ਸਿੰਬਲ ਹੈ ਜਿਹੜਾ ਓਮੇਗਾ ਦਾ ਹੈ ਗ੍ਰੀਕ ਲੈਟਰ ਓਮੇਗਾ ਇਸ ਤਰ੍ਹਾਂ ਨੂੰ ਜਿਹੜਾ ਰਿਪਰੈਜ਼ੈਂਟ ਕਰਦੇ ਆ ਅਗਲੀ ਕੁਆਂਟੀਟੀ ਇਲੈਕਟ੍ਰਿਕ ਪਾਵਰ ਪੀ ਦੇ ਨਾਲ ਦਰਸਾਇਆ ਜਾਂਦਾ ਇਲੈਕਟ੍ਰਿਕ ਪਾਵਰ ਨੂੰ ਔਰ ਇਹਦੇ ਯੂਨਿਟ ਨੇ ਵਾਟ ਡਬਲਯੂ ਏ ਡਬਲਟੀ ਔਰ ਇਹਦੇ ਸਿੰਬਲ ਨੇ ਡਬਲਯੂ ਵਾਟ ਨੂੰ ਡਬਲਯੂ ਦੇ ਨਾਲ ਦਰਸਾਇਆ ਜਾਂਦਾ ਨੈਕਸਟ ਕੁਆਂਟੀਟੀ ਹੈ ਰੈਕਟਿਵ ਪਾਵਰ ਰਿਐਕਟਿਵ ਪਾਵਰ ਹੈ ਜਿਹੜੀ ਏਸੀ ਸਰਕਟਸ ਦੇ ਲਈ ਉਹਨੂੰ ਕਯੂ ਦੇ ਨਾਲ ਦਰਸਾਇਆ ਜਾਂਦਾ ਹੈ ਔਰ ਇਹਦੇ ਯੂਨਿਟ ਨੇ ਵੋਲਟ ਐਂਪੀਅਰ ਰਿਐਕਟਿਵ ਵੋਲਟ ਐਂਪੀਅਰ ਰਿਐਕਟਿਵ ਜਾਂ ਸ਼ਾਰਟ ਦੇ ਵਿੱਚ ਇਸਨੂੰ ਵੀਏਆਰ ਦੇ ਨਾਲ ਦਰਸਾਇਆ ਜਾਂਦਾ ਹੈ ਵੀਏਆਰ ਇਸ ਤਰ੍ਹਾਂ ਇਹਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਪੈਰੈਂਟ ਪਾਵਰ S ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਪੈਰੈਂਟ ਪਾਵਰ ਨੂੰ ਔਰ ਇਹਦੇ ਯੂਨਿਟ ਨੇ ਵੋਲਟ ਐਂਪੀਅਰ ਤੇ ਇਹਨੂੰ VA ਦੇ ਨਾਲ ਦਰਸਾਇਆ ਜਾਂਦਾ ਹੈ ਇਹਦੇ ਬਾਰੇ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਲੈਕਚਰ ਸ਼ੇਅਰ ਕਰਾਂਗੇ ਜਿਹਦੇ ਵਿੱਚ ਇਲੈਕਟ੍ਰਿਕ ਪਾਵਰ ਇਲੈਕਟ੍ਰਿਕ એનર્ਜੀ ਰੈਕਟਿਵ ਪਾਵਰ ਅਪੈਰੈਂਟ ਪਾਵਰ ਇਸ ਤਰ੍ਹਾਂ ਦੇ ਜਿਹੜੀ ਜਾਣਕਾਰੀਆਂ ਨੇ ਉਹਦੇ ਵਿੱਚ ਸਾਂਝੀਆਂ ਕਰਾਂਗੇ ਅਗਲਾ ਜਿਹੜਾ ਪੈਰਾਮੀਟਰ ਹੈ ਜਾਂ ਅਗਲੀ ਇਲੈਕਟ੍ਰਿਕ ਕੁਆਂਟੀਟੀ ਹੈ ਉਹ ਹੈ ਕੈਪੈਸਟੈਂਸ ਜਿਸਨੂੰ C ਦੇ ਨਾਲ ਦਰਸਾਇਆ ਜਾਂਦਾ ਹੈ ਕਪੈਸਟੈਂਸ ਦੇ ਯੂਨਿਟ ਨੇ ਫੈਰਟ ਫੈਰਟ ਨੂੰ ਐਫ ਦੇ ਨਾਲ ਜਿਹੜਾ ਨੋਟ ਕੀਤਾ ਜਾਂਦਾ ਹੈ ਯੂਨਿਟ ਇਹਦੇ ਫੈਰਟ ਔਰ ਫੈਰਟ ਨੂੰ ਐਫ ਨਾਲ ਲਿਖਿਆ ਜਾਂਦਾ ਹੈ ਅਗਲੀ ਕੁਆਂਟੀਟੀ ਹੈ ਅਗਲੀ ਜਿਹੜੀ ਪੈਰਾਮੀਟਰ ਉਹ ਹੈ ਇੰਡਕਟੈਂਸ ਐਲ ਦੇ ਨਾਲ ਦਰਸਾਇਆ ਜਾਂਦਾ ਹੈ ਔਰ ਇਹਦੇ ਯੂਨਿਟ ਨੇ ਹੈਨਰੀ ਜਿਸ ਨੂੰ ਐਚ ਨਾਲ ਲਿਖਿਆ ਜਾਂਦਾ ਹੈ ਇਹਦੇ ਯੂਨਿਟ ਹੈਨਰੀ ਨੂੰ ਐਚ ਦੇ ਨਾਲ ਲਿਖਿਆ ਜਾਂਦਾ ਹੈ ਇੰਡਕਟੈਂਸ ਤੇ ਯੂਨਿਟ ਨੂੰ ਅਗਲੀ ਜਿਹੜੀ ਕੁਆਂਟੀਟੀ ਹੈ ਉਹ ਹੈ ਇੰਡਕਟਿਵ ਰੈਕਟੈਂਸ ਜਿਹੜੀ ਆਪੋਜੀਸ਼ਨ ਹੈ ਕਿਸੇ ਇੰਡਕਟਰ ਦੇ ਵਿੱਚ ਆਪੋਜ਼ ਕਰਦੀ ਹੈ கரੰਟ ਦੇ ਫਲੋ ਨੂੰ ਜਿਹੜੀ ਪ੍ਰੋਪਰਟੀ ਕਰਕੇ ਉਹ ਇੰਡਕਟਿਵ ਰੈਕਟੈਂਸ ਕਹਾਉਂਦੀ ਹੈ ਉਹਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਐਕਸ ਐਲ ਦੇ ਨਾਲ ਕਿਉਂਕਿ ਇਹ ਆਪੋਜੀਸ਼ਨ ਹੈ கரੰਟ ਦੇ ਫਲੋ ਨੂੰ ਰੋਕਦੀ ਹੈ ਤਾਂ ਇਹਦੇ ਯੂਨਿਟ ਵੀ ਜਿਹੜੇ ਰੈਜ਼ਿਸਟੈਂਸ ਵਾਲੇ ਰਹਿੰਦੇ ਆ ਤਾਂ ਓਮ ਇਹਦੇ ਰੈਜ਼ਿਸਟੈਂਸ ਹੈ ਔਰ ਇਹਦਾ ਚਿੰਨ ਜਿਹੜਾ ਹੈ ਓਮੇਗਾ ਹੈ ਗ੍ਰੀਕ ਲੈਟਰ ਗ੍ਰੀਕ ਬਾਸ਼ਾ ਦਾ ਜਿਹੜਾ ਅੱਖਰ ਹੈ ਓਮੇਗਾ ਇੰਡਕਟਿਵ ਰੈਕਟੈਂਸ ਅਗਲੀ ਜਿਹੜੀ ਕੁਆਂਟੀਟੀ ਹੈ ਉਹ ਹੈ ਕੈਪੈਸਟਿਵ ਰੈਕਟੈਂਸ ਕੈਪੈਸਟਿਵ ਰੈਕਟੈਂਸ ਨੂੰ ਐਕਸ ਸੀ ਦੇ ਨਾਲ ਦਰਸਾਇਆ ਜਾਂਦਾ ਹੈ ਔਰ ਇਹਦੇ ਜਿਹੜੇ ਯੂਨਿਟ ਨੇ ਕੈਪੈਸਿਟਿਵ ਰੈਕਟੈਂਸ ਦੇ ਉਹ ਵੀ ਓਮ ਨੇ ਕਿਉਂਕਿ ਇਹ ਵੀ ਆਪੋਜੀਸ਼ਨ ਹੈ ਕੈਪੈਸਟਰ ਦੀ ਪ੍ਰੋਪਰਟੀ ਹੈ ਜਿਹਦੇ ਕਰਕੇ ਕਰੰਟ ਦਾ ਫਲੋ ਹੈ ਜਿਹੜਾ ਉਹ ਰੋਕਦਾ ਤਾਂ ਓਮ ਦੇ ਨਾਲ ਦਰਸਾਇਆ ਜਾਂਦਾ ਓਮੇਗਾ ਦੇ ਨਾਲ ਇਹਦੇ ਯੂਨਿਟ ਨੂੰ ਦਰਸਾਇਆ ਜਾਂਦਾ ਅਗਲੀ ਕੁਆਂਟੀਟੀ ਹੈ ਕੰਡਕਟੈਂਸ ਜੀ ਨਾਲ ਦਰਸਾਇਆ ਜਾਂਦਾ ਹੈ ਰੈジਸਟੈਂਸ ਦੀ ਰੈਸੀਪਰੋਕਲ ਹੈ ਕਿ ਕਿੰਨਾ ਕੰਡਕਟ ਕਰ ਸਕਦਾ ਕਰੰਟ ਕਿਸੇ ਕੰਡਕਟਰ ਦੇ ਵਿੱਚੋਂ ਕਿਸੇ ਮਟੀਰੀਅਲ ਦੇ ਵਿੱਚੋਂ ਵਾਇਰ ਦੇ ਵਿੱਚੋਂ ਤਾਂ ਇਹਦੇ ਯੂਨਿਟ ਨੇ ਜਿਹੜੇ ਰੈਸੀਪਰੋਕਲ ਆਫ ਰੈジਸਟੈਂਸ ਉਦੇ ਓਮ ਹੁੰਦੇ ਆ ਤਾਂ ਇਹਦਾ ਉਲਟ ਜਿਹੜਾ ਹੈ ਓਮ ਦਾ ਤਾਂ ਇੱਥੇ ਮੋਹ ਲਿਖਿਆ ਜਾਂਦਾ ਜਾਂ ਸੀਮੰਸ ਲਿਖਿਆ ਜਾਂਦਾ ਇਹਦੇ ਯੂਨਿਟ ਸੀਮੰਸ ਵੀ ਲੈ ਜਾਂਦੇ ਨੇ ਤਾਂ ਅਮੇਗਾ ਨੂੰ ਉਲਟਾ ਕਰਕੇ ਲਿਖਿਆ ਜਾਂਦਾ ਔਰ ਸੀਮੰਸ ਨੂੰ ਐਸ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਅਗਲੀ ਕਵਾਂਟੀਟੀ ਹੈ ਐਡਮਿਟੈਂਸ ਵਾਈ ਨਾਲ ਇਹਦੇ ਵੀ ਸੀਮੰਸ ਨੇ ਜਾਂ ਮੋਹ ਯੂਨਿਟ ਨੇ ਅਗਲੀ ਕਵਾਂਟੀਟੀ ਹੈ ਇਲੈਕਟ੍ਰਿਕ ਚਾਰਜ ਕਿਉ ਇਹਦੇ ਯੂਨਿਟ ਨੇ ਕੋਲਮ ਕੋਲਮ ਨੂੰ ਸੀ ਨਾਲ ਦਰਸਾਇਆ ਜਾਂਦਾ ਇਲੈਕਟ੍ਰਿਕ ਚਾਰਜ ਕਿਉ ਦੇ ਨਾਲ ਔਰ ਇਹਦੇ ਯੂਨਿਟ ਨੇ ਕੋਲਮ ਜਾ ਇਲੈਕਟ੍ਰਿਕ ਕੁਆਂਟੀਟੀ ਕਿੰਨੀ ਹੈ ਕਿਸੇ ਜਿਹੜਾ ਮਟੀਰੀਅਲ ਦੇ ਵਿੱਚ એનર્ਜੀ ਏ ਈ એનર્ਜੀ ਹੈ ਜਿਹੜੀ ਉਹ ਜੌਲ ਦੇ ਨਾਲ ਜੇ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਔਰ ਕਈ ਵਾਰੀ એનર્ਜੀ ਨੂੰ ਕਿਲੋਵਾਟ ਆਰ ਕੰਜ਼ਮਪਸ਼ਨ ਆਫ એનર્ਜੀ ਨੂੰ ਜਦੋਂ ਆਪਾਂ ਮਾਪਦੇ ਆ ਕਿੰਨੀ ਖਪਤ ਹੋ ਰਹੀ ਹੈ ਊਰਜਾ ਉਹਨੂੰ ਆਪਾਂ ਕਿਲੋਵੋਟ ਆਰ ਦੇ ਨਾਲ ਮਾਪਦੇ ਆ ਜਿਹੜੇ ਘਰਾਂ ਦੇ ਵਿੱਚ ਮੀਟਰ ਹੈ ਉਹ ਜਿਹੜੀ ਰੀਡਿੰਗ ਲੈਂਦੇ ਆ ਉਹ ਕਿਲੋਵੋਟ ਆਰ ਦੇ ਵਿੱਚ ਰੀਡਿੰਗ ਲੈਂਦੇ ਆ ਕਿ ਕਿੰਨੀ ਕੰਜ਼ਿਊਮ ਹੋਈ ਪਾਵਰ ਕਿੰਨੀ ਖਪਤ ਹੋਈਆਂ ਕਿੰਨੀਆਂ ਯੂਨਿਟਾਂ ਦਾ ਕਿਲੋਵੋਟ ਆਰ ਦੇ ਨਾਲ ਵਪਾਰਕ ਇਕਾਈ ਹੈ ਜਿਹੜੀ ਊਰਜਾ ਦੀ ਉਹ ਕਿਲੋਵੋਟ ਆਰ ਉਹਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਕੇਡਬਲਯੂਐਚ ਦੇ ਨਾਲ ਔਰ એનર્ਜੀ ਨੂੰ ਜਿਹੜੇ ਡੀਸੀ ਛੋਟੇ ਸਰਕਟਸ ਹੈ ਉਨ੍ਹਾਂ ਦੇ ਵਿੱਚ ਇਲੈਕਟ੍ਰੋਨ ਵੋਲਟ ਦੇ ਨਾਲ ਵੀ ਲਿਆ ਜਾਂਦਾ ਹੈ ای ਵੀ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਏ ਛੋਟਾ ਔਰ ਵੀ ਕੈਪੀਟਲ ਇਲੈਕਟ੍ਰੋਨ ਵੋਲਟ ਦੇ ਨਾਲ ਵੀ ਰਿਪਰੈਜ਼ੈਂਟ ਕੀਤਾ ਜਾਂਦਾ ਹੈ એનર્ਜੀ ਨੂੰ ਅਗਲੇ ਜਿਹੜੇ ਪੈਰਾਮੀਟਰ ਆ ਉਹ ਹੈ ਰਜਿਸਟਿਵਿਟੀ ਰਜਿਸਟਿਵਿਟੀ ਜਿਹੜਾ ਹੈ ਉਹਨੂੰ ਓਮਮੀਟਰ ਦੇ ਨਾਲ ਮਾਪਿਆ ਜਾਂਦਾ ਹੈ ਓਮਮੀਟਰ ਦੇ ਜੁਨਿਟ ਹੈ ਔਰ ਓਮੇਗਾ ਹਾਈਫਨ ਐਮ ਪਾ ਕੇ ਦੇ ਜੁਨਿਟ ਨੂੰ ਲਿਖਿਆ ਜਾਂਦਾ ਹੈ ਰਜਿਸਟਿਵਿਟੀ ਨੂੰ ਰੋ ਦੇ ਨਾਲ ਲਿਖਿਆ ਜਾਂਦਾ ਹੈ ਰੋ ਲੈਟਰ ਹੈ ਰੋ ਨਾ ਤੇ ਰਿਸਟਿਵਿਟੀ ਨੂੰ ਲਿਖਿਆ ਜਾਂਦਾ ਵਿਸ਼ੇਸ਼ ਜਿਹੜਾ ਪ੍ਰਤੀਰੋਧ ਹੁੰਦਾ ਹੈ ਤਾਂ ਰਿਸਟਿਵਿਟੀ ਅਗਲਾ ਜਿਹੜਾ ਪੈਰਾਮੀਟਰ ਆ ਉਹ ਹੈ ਕੰਡਕਟਿਵਿਟੀ ਕੰਡਕਟਿਵਿਟੀ ਨੂੰ ਸੀਮਨਸ ਪਰ ਮੀਟਰ ਦੇ ਵਿੱਚ ਮਾਪਿਆ ਜਾਂਦਾ ਔਰ ਸੀਮਨਸ ਪਰ ਮੀਟਰ ਦੇ ਨਾਲ ਲਿਖਿਆ ਜਾਂਦਾ ਇੱਥੇ ਟੇਬਲ ਤੋਂ ਤੁਸੀਂ ਦੇਖ ਸਕਦੇ ਹੋ ਸੋ ਕੰਡਕਟਿਵਿਟੀ ਨੈਕਸਟ ਹੈ ਇਲੈਕਟ੍ਰਿਕ ਫੀਲਡ E ਇਲੈਕਟ੍ਰਿਕ ਫੀਲਡ ਨੂੰ ਵੋਲਟਸ ਪਰ ਮੀਟਰ ਦੇ ਨਾਲ ਨਾਪਿਆ ਜਾਂਦਾ ਵੋਲਟਸ ਪਰ ਮੀਟਰ V M ਇਲੈਕਟ੍ਰਿਕ ਫੀਲਡ E ਨੂੰ ਨਿਊਟਨਸ ਪਰ ਕੋਲਮ ਦੇ ਨਾਲ ਮਾਪਿਆ ਜਾਂਦਾ ਹੈ ਨਿਊਟਨਸ ਪਰ ਕੇ ਕੋਲਮ N Y C ਦੇ ਨਾਲ ਇਹਦੇ ਯੂਨਿਟ ਹੈ ਜਿਹੜੇ ਲਿਖੇ ਜਾਂਦੇ ਐ ਇਲੈਕਟ੍ਰਿਕ ਫਲਕਸ ਹੈ ਜਿਹੜਾ ਉਹਨੂੰ ਫਾਈਨਲ ਰਿਪਰੈਜ਼ੈਂਟ ਕੀਤਾ ਜਾਂਦਾ ਵੋਲਟਮੀਟਰ ਦੇ ਵਿੱਚ ਨਾਪਿਆ ਜਾਂਦਾ V M ਮੈਗਨੇਟਿਕ ਫੀਲਡ ਜਾਂ ਮੈਗਨੇਟਿਕ ਫੀਲਡ ਜਿਹੜੇ B ਨਾਲ ਲਿਖਿਆ ਜਾਂਦਾ ਹੈ ਟੈਸਲਾ ਇਹਦੇ ਯੂਨਿਟ ਹੈ ਤੇ T ਨਾਲ ਨੋਟ ਕੀਤਾ ਜਾਂਦਾ ਹੈ ਮੈਗਨੈਟਿਕ ਫੀਲਡ ਨੂੰ ਨੈਕਸਟ ਟਾਈਮ ਮੈਗਨੈਟਿਕ ਫੀਲਡ ਗੋਸ ਦੇ ਨਾਲ ਵੀ ਮਾਪਿਆ ਜਾਂਦਾ ਗੋਸ G ਨਾਲ ਲਿਖਿਆ ਜਾਂਦਾ ਹੈ ਮੈਗਨੈਟਿਕ ਫਲਕਸ Φm ਹੈ ਜਿਹੜਾ ਮੈਗਨੈਟਿਕ ਫਲਕਸ Φm ਵੈਬਰ ਦੇ ਨਾਲ ਮਾਪਿਆ ਜਾਂਦਾ ਵੈਬਰ ਇਹਦੇ ਯੂਨਿਟ ਹੈ W E B E R ਔਰ W ਕੈਪੀਟਲ B ਛੋਟਾ ਲੋਅਰ ਕੇਸ ਦੇ ਵਿੱਚ WB ਇਹਦੇ ਯੂਨਿਟ ਦਾ ਨਾਮ ਹੈ ਯੂਨਿਟ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਅਗਲੀ ਜਿਹੜੀ ਕੁਆਂਟੀਟੀ ਹੈ ਫ੍ਰੀਕੁਐਂਸੀ f ਲੋਅਰ ਕੇਸ ਛੋਟੀ f ਦੇ ਨਾਲ ਲਿਖਿਆ ਜਾਂਦਾ ਹੈ ਇਹਦੇ ਯੂਨਿਟਸ ਹੁੰਦੇ ਨੇ ਹਰਟਸ ਔਰ h z ਦੇ ਨਾਲ ਇਹਨੂੰ ਨੋਟ ਕੀਤਾ ਜਾਂਦਾ ਲਿਖਿਆ ਜਾਂਦਾ h ਕੈਪੀਟਲ z ਲੋਅਰ ਕੇਸ ਦੇ ਵਿੱਚ ਤਾਂ ਇਹ ਫ੍ਰੀਕੁਐਂਸੀ ਦੇ ਯੂਨਿਟਸ ਨੇ ਹਰਟਸ ਸੋ ਇਹਨੇ 25 ਵੱਖ-ਵੱਖਰੀਆਂ ਕੁਆਂਟੀਟੀਆਂ ਜਿੰਨਾਂ ਤੋਂ ਤੁਹਾਨੂੰ ਜਿਹੜੀ ਕਾਫੀ ਹੈਲਪ ਹੋਏਗੀ ਇਹ ਸਾਰੀਆਂ ਯੂਨਿਟਸ ਤੁਸੀਂ ਯਾਦ ਕਰ ਲੈਣੀਆਂ ਤਾਂ ਕਿ ਤੁਹਾਨੂੰ ਜੇ ਕੋਈ ਇਹੋ ਜਿਹਾ ਪ੍ਰਸ਼ਨ ਹੈ ਜਿਹੜਾ ਪੁੱਛਿਆ ਜਾਂਦਾ ਹੈ ਯੂਨਿਟਸ ਦੇ ਨਾਲ ਰਿਲੇਟਡ ਤਾਂ ਤੁਸੀਂ ਆਸਾਨੀ ਦੇ ਨਾਲ ਉਹਨੂੰ ਅਟੈਂਪਟ ਕਰ ਸਕੋ ਸੋ ਐਸੇ ਟਾਪਿਕ ਦੇ ਨਾਲ ਸੰਬੰਧਿਤ ਵੱਖ-ਵੱਖਰੇ ਪ੍ਰਸ਼ਨ ਹੈ ਜਿਹੜੇ ਅਪ੍ਰੈਂਟਿਸਸ਼ਿਪ ਦਾ ਪੇਪਰ ਪੀਐਸਪੀਸੀਐਲ ਦੇ ਵੱਲੋਂ ਲਿਆ ਗਿਆ ਸੀ 16 April 2023 ਨੂੰ ਉਹਦੇ 'ਚ ਸ਼ਿਫਟ 1 ਦੇ ਵਿੱਚ ਤਿੰਨ ਪ੍ਰਸ਼ਨ ਪੁੱਛੇ ਗਏ ਸ਼ਿਫਟ 2 ਦੇ ਵਿੱਚ ਇੱਕ ਪ੍ਰਸ਼ਨ ਪੁੱਛਿਆ ਗਿਆ ਔਰ ਸ਼ਿਫਟ 3 ਦੇ ਵਿੱਚ ਕੁੱਲ 4 ਪ੍ਰਸ਼ਨ ਆ ਜਿਹੜੇ ਇਸ ਟਾਪਿਕ ਦੇ ਵਿੱਚੋਂ ਪੁੱਛੇਗੇ ਤਾਂ ਤੁਹਾਡੇ ਨਾਲ ਇੱਕ ਇੱਕ ਕਰਕੇ ਕੁਐਸਚਨ ਸ਼ੇਅਰ ਕਰਦੇ ਆ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਕਿਹੋ ਜਿਹੇ ਕੁਐਸਚਨ ਆ ਜਿਹੜੇ ਇਸ ਟਾਪਿਕ ਦੇ ਵਿੱਚੋਂ ਬਣ ਸਕਦੇ ਆ ਕਿਵੇਂ ਦੇ ਕੁਐਸਚਨ ਆ ਜਿਹੜੇ ਜੂਨੀਅਰਸ ਵਾਲੇ ਟਾਪਿਕ ਦੇ ਵਿੱਚੋਂ ਬਣਦੇ ਆ ਸੋ ਪਹਿਲਾ ਜਿਹੜਾ ਕੁਐਸਚਨ ਆ ਉਹ ਹੈ ਪ੍ਰੇਰਕ ਰਿਐਕਟੈਂਸ ਦੀ ਇਕਾਈ ਹੈ ਐਕਸ ਐਲ ਇੰਡਕਟਿਵ ਰਿਐਕਟੈਂਸ ਜਿਹੜਾ ਕਿ ਆਪਾਂ ਪਿਛੇ ਨੈਗੇਟਿਵ ਰਿਐਕਟੈਂਸ ਪੜਿਆ ਹੈ ਕੀ ਇਕਾਈ ਹੈ ਇੰਡਕਟਿਵ ਰੈਕਟੈਂਸ ਦੀ ਜਿਹੜੀ ਰੈਜ਼ਿਸਟੈਂਸ ਵਾਲੀ ਹੁੰਦੀ ਹੈ ਇੰਡਕਟਿਵ ਰੈਕਟੈਂਸ ਔਰ ਕੈਪੈਸਟਿਵ ਰੈਕਟੈਂਸ ਦੀ ਇਕਾਈ ਸੇਮ ਹੁੰਦੀ ਹੈ ਔਰ ਇੰਪੀਡੈਂਸ ਵੀ ਓਮ ਦੇ ਨਾਲ ਮਾਪੀ ਜਾਂਦੀ ਹੈ ਇੰਪੀਡੈਂਸ ਹੁੰਦੀ ਹੈ ਏਸੀ ਸਰਕਟਸ ਦੇ ਵਿੱਚ ਜਿਹੜੀ ਆਪੋਜੀਸ਼ਨ ਹੈ ਫਲੋ ਆਫ ਕਰੰਟ ਨੂੰ ਤਾਂ ਉਹ ਵੀ ਓਮ ਦੇ ਵਿੱਚ ਤਾਂ ਇੱਥੇ ਇੰਡਕਟਿਵ ਰੈਕਟੈਂਸ ਐਕਸ ਐਲ ਦੀ ਇਕਾਈ ਹੈ ਜਿਹੜੀ ਓਮ ਹੈ ਤਾਂ ਡੀ ਆਨਸਰ ਇਹਦਾ ਜਿਹੜਾ ਹੈ ਸਹੀ ਉੱਤਰ ਆਵੇਗਾ ਡੀ ਆਪਸ਼ਨ கரੈਕਟ ਆਨਸਰ ਹੈ ਅਗਲਾ ਕੁਐਸਚਨ 50 ਨੰਬਰ ਸ਼ਿਫਟ ਨੰਬਰ 1 ਦੇ ਵਿੱਚ ਜਿਹੜਾ ਆਇਆ ਇੱਕ ਏਸੀ ਸਰਕਟ ਪ੍ਰਤੀਕਿਰਿਆਸ਼ੀਲ ਸ਼ਕਤੀ ਦੀ ਇਕਾਈ ਕੀ ਹੈ ਪ੍ਰਤੀਕਿਰਿਆਸ਼ੀਲ ਸ਼ਕਤੀ ਮੀਨਸ ਰੈਕਟਿਵ ਪਾਵਰ ਰੈਕਟਿਵ ਪਾਵਰ ਦੀ ਏਸੀ ਸਰਕਟ ਦੇ ਵਿੱਚ ਇਕਾਈ ਹੈ ਕੇਵੀ ਏਆਰ ਏਵੀਏਆਰ ਵੀ ਕਹਿ ਸਕਦੇ ਆ ਰੈਕਟਿਵ ਪਾਵਰ ਨੂੰ ਜਾਂ ਕਿਲੋਵੋਲਟ ਐਂਪੀਅਰ ਰੈਕਟਿਵ ਕਿਲੋਵੋਲਟ ਐਂਪੀਅਰ ਰੈਕਟਿਵ ਦੇ ਨਾਲ ਵੀ ਰਿਪਰੈਜ਼ੈਂਟ ਕਰਦੇ ਆ ਸੋ ਏ অপਸ਼ਨ ਹੈ ਜਿਹੜੀ ਉਹ ਸਹੀ ਉੱਤਰ ਹੈ ਅਗਲਾ ਕੁਐਸਚਨ ਨੰਬਰ ਜਿਹੜਾ ਹੈ ਤੁਹਾਡੇ ਸਾਹਮਣੇ 69 ਸ਼ਿਫਟ 1 ਦੇ ਅਪ੍ਰੈਂਟਸ਼ਿਪ ਦੇ ਪੇਪਰ ਦੇ ਵਿੱਚ BSPCL ਦੇ ਵੱਲ ਪੁੱਛਿਆ ਗਿਆ ਕਿ what is the unit of frequency ਆਵਰਤੀ ਜਾਂ ਫ੍ਰੀਕੁਐਂਸੀ ਦੀ ਇਕਾਈ ਕੀ ਹੈ ਫ੍ਰੀਕੁਐਂਸੀ ਦੀ ਇਕਾਈ ਆਪਾਂ ਹੁਣੇ ਪੜਿਆ ਹੈ ਪਿੱਛੇ ਤਾਂ ਫ੍ਰੀਕੁਐਂਸੀ ਦੀ ਇਕਾਈ ਹੈ ਹਰਟਜ਼ ਇਹ H E R T Z ਹਰਟਜ਼ ਦੇ ਨਾਲ ਆਪਾਂ ਲੈਨੇ ਆ ਫੈਰਡ ਜਿਹੜਾ ਹੈ ਉਹ ਕੈਪੈਸਟੈਂਸ ਦੀ ਇਕਾਈ ਹੈ ਐਂਪੀਅਰ ਜਿਹੜਾ ਹੈ ਕਰੰਟ ਦੀ ਇਕਾਈ ਹੈ ਹਾਰਸਮੀਟਰ ਹੈ ਜਿਹੜਾ ਉਹ ਕੋਈ ਮੀਟਰ ਹੈ ਇਹਦੇ ਵਿੱਚ ਕੋਈ ਯੂਨਿਟ ਨਹੀਂ ਹੈ ਤਾਂ ਹਰ츠 ਜਿਹੜਾ ਏ ਆਪਸ਼ਨ ਉਹ ਫ੍ਰੀਕੁਐਂਸੀ ਦੀ ਸਹੀ ਆਨਸਰ ਹੈ ਇਕਾਈ ਦਾ ਤਾਂ ਏ ਆਪਸ਼ਨ ਸਹੀ ਉੱਤਰ ਹੋ ਜਾਏਗਾ ਅਗਲਾ ਜਿਹੜਾ ਹੈ ਸ਼ਿਫਟ 2 ਦੇ ਵਿੱਚ ਪਹਿਲਾ ਹੀ ਕੁਐਸਚਨ ਹੈ ਜਿਹੜਾ ਉਹ ਪੁੱਛਿਆ ਗਿਆ ਇਸ ਯੂਨਿਟ ਦੇ ਨਾਲ ਰਿਲੇਟਡ ਇਸ ਟਾਪਿਕ ਦੇ ਨਾਲ ਰਿਲੇਟਡ ਤਾਂ ਸ਼ਿਫਟ 2 ਦੇ ਵਿੱਚ ਪਹਿਲਾ ਕੁਐਸਚਨ ਸੀ ਊਰਜਾ ਦੀ ਐਸਆਈ ਇਕਾਈ ਕੀ ਹੈ ਇੰਟਰਨੈਸ਼ਨਲ ਸਟੈਂਡਰਡ ਆਫ ਯੂਨਿਟਸ ਐਸਆਈ ਦਾ ਮਤਲਬ ਹੈ ਤਾਂ ਊਰਜਾ ਦੀ ਐਸਆਈ ਇਕਾਈ ਹੁੰਦੀ ਹੈ ਜੌਲ ਤਾਂ ਜੌਲ ਜਿਹੜਾ ਹੈ ਉਹ ਡੀ ਦੇ ਵਿੱਚ ਹੈ ਇਹ ਸਹੀ ਉੱਤਰ ਹੈ ਇਹਨੂੰ ਆਪਾਂ ਨੇ ਟਿਕ ਕਰ ਦੇਣਾ ਹੈ ਅਗਲਾ ਜਿਹੜਾ ਸ਼ਿਫਟ 3 ਦੇ ਵਿੱਚ ਕੁਐਸਚਨ ਨੰਬਰ 15 ਸੀ ਉਹਦੇ ਚ ਪੁੱਛਿਆ ਗਿਆ ਕਿ ਵਿਸ਼ੇਸ਼ਟ ਪ੍ਰਤੀਰੋਧ ਦੀ ਇਕਾਈ ਕੀ ਹੈ ਵਾਟ ਇਜ਼ ਦਾ ਯੂਨਿਟ ਆਫ ਸਪੈਸਿਫਿਕ ਰੈਜ਼ਿਸਟੈਂਸ ਜਿਸ ਨੂੰ ਆਪਾਂ ਰੈਜ਼ਿਸਟਿਵਿਟੀ ਵੀ ਬੋਲਦੇ ਹਾਂ ਪਿੱਛੇ ਆਪਾਂ ਯੂਨਿਟਸ ਦੇ ਵਿੱਚ ਪੜਿਆ ਰੈਜ਼ਿਸਟਿਵਿਟੀ ਦੀ ਇਕਾਈ ਜਾ ਸਪੈਸੀਫਿਕ ਰੈジਸਟੈਂਸ ਵੀ ਕਹਿੰਦੇ ਆ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਵਿਸ਼ੇਸ਼ਤ ਪ੍ਰਤੀਰੋਧ ਕਹਿੰਦੇ ਆ ਤਾਂ ਰੈジਸਟਿਵਿਟੀ ਦੀ ਇਕਾਈ ਆਪਾਂ ਹੁਣੇ ਪੜਿਆ ਕਿ ਓਮ ਮੀਟਰ ਹੈ ਤਾਂ ਸੀ ਆਪਸ਼ਨ ਹੈ ਜਿਹੜੀ ਉਹ ਸਹੀ ਉੱਤਰ ਹੈ ਇਹਦਾ ਟਿਕ ਹੋ ਜਾਏਗਾ ਅਗਲਾ ਜਿਹੜਾ ਕੁਐਸਚਨ ਹੈ ਸ਼ਿਫਟ 3 ਦੇ ਵਿੱਚ ਉਹ ਹੈ ਕੁਐਸਚਨ ਨੰਬਰ 48 ਇਹ ਵੀ ਐਸੇ ਟਾਪਿਕ ਦੇ ਵਿੱਚੋਂ ਇੱਥੇ ਲਿਖਿਆ ਹੈ ਕਿ ਘਰੇਲੂ ਸਥਾਪਨ ਵਿੱਚ ਊਰਜਾ ਮੀਟਰ ਦੀ ਵਰਤੋਂ ਕਰਕੇ ਮਾਪੀ ਗਈ ਊਰਜਾ ਦੀ ਇਕਾਈ ਕੀ ਹੈ ਕਿ ਡੋਮੈਸਟਿਕ ਇੰਸਟਾਲੇਸ਼ਨ ਦੇ ਵਿੱਚ ਘਰਾਂ ਦੇ ਵਿੱਚ ਜਿਹੜੀ ਬਿਜਲੀ ਸਪਲਾਈ ਆਪਾਂ ਦਿੰਦੇ ਆ ਉਹਨੂੰ ਜਿਹੜਾ એનર્ਜੀ ਮੀਟਰ ਦੇ ਨਾਲ ਮੀਜ਼ਰ ਕਰਦੇ ਆ ਮਾਪਦੇ ਆ ਉਹਦੇ ਯੂਨਿਟ ਕੀ ਹੁੰਦੇ ਆ ਹੁਣੇ ਤੁਹਾਨੂੰ ਦੱਸਿਆ ਕਿ ਜਿਹੜੇ ਘਰੇਲੂ ਮੀਟਰ ਆ ਆਪਣੇ ਲੱਗੇ ਆ ਘਰਾਂ ਦੇ ਵਿੱਚ ਉਹ ਕਿਲੋਵਾਟ ਆਰ ਦੇ ਵਿੱਚ ਵਪਾਰਕ ਇਕਾਈ ਹੈ ਜਿਹੜੀ ਊਰਜਾ ਦੀ ਇਸ ਯੂਨਿਟ ਦੇ ਨਾਲ ਮਾਪਦੇ ਆ ਊਰਜਾ ਨੂੰ ਕਿਲੋਵਾਟ ਆਰ ਤਾਂ ਵੀ ਆਪਸ਼ਨ ਹੈ ਜਿਹੜੀ ਉਹ ਸਹੀ ਉੱਤਰ ਹੈ ਇਹਦਾ ਤਾਂ ਵੀ ਟਿਕ ਹੋ ਜਾਏਗਾ ਅਗਲਾ ਜਿਹੜਾ ਕੁਐਸਚਨ ਹੈ ਸ਼ਿਫਟ 3 ਦੇ ਵਿੱਚ 50 ਨੰਬਰ ਕੁਐਸਚਨ ਕਵਟੇ ਦਾ ਯੂਨਿਟ ਆਫ ਕੁਆਂਟੀਟੀ ਆਫ ਇਲੈਕਟ੍ਰਿਸਿਟੀ ਇਲੈਕਟ੍ਰਿਸਿਟੀ ਦੀ ਕੁਆਂਟੀਟੀ ਕਿੰਨੀ ਹੈ ਕਿੰਨੀ ਕੁਆਂਟੀਟੀ ਹੈ ਬਿਜਲੀ ਦੀ ਉਹਨੂੰ ਮਾਪਣ ਦੇ ਲਈ ਕਿਹੜੇ ਯੂਨਿਟ ਦੀ ਵਰਤੋਂ ਕੀਤੀ ਜਾਂਦੀ ਹੈ ਬਿਜਲੀ ਦੀ ਮਾਤਰਾ ਦੀ ਇਕਾਈ ਕੀ ਹੈ ਇਹ ਹੈ ਕੋਲਮ ਸੀ ਆਪਸ਼ਨ ਹੈ ਜਿਹੜੀ ਉਹ ਸਹੀ ਹੋ ਜਾਏਗਾ ਵੋਲਟੇਜ ਨਹੀਂ ਹੈ ਕਰੰਟ ਆਪਸ਼ਨ ਨਹੀਂ ਹੈ ਵਾਟ ਹੈ ਜਿਹੜੀ ਉਹ ਪਾਵਰ ਦੀ ਇਕਾਈ ਹੈ ਸੋ ਕੁਆਂਟੀਟੀ ਆਫ ਇਲੈਕਟ੍ਰਿਸਿਟੀ ਜਿਹੜੀ ਕੋਲਮਸ ਦੇ ਵਿੱਚ ਮਾਪਦੇ ਆਂ ਦਾ ਸਹੀ ਉੱਤਰ ਸੀ ਆਪਸ਼ਨ ਅਗਲਾ ਜਿਹੜਾ ਕੁਐਸਚਨ ਹੈ ਸ਼ਿਫਟ ਨੰਬਰ 3 ਦਾ 59 ਨੰਬਰ ਕੁਐਸਚਨ 59 ਨੰਬਰ ਕੁਐਸਚਨ ਚ ਪੁੱਛਿਆ ਗਿਆ ਕਿ ਬਿਜਲੀ ਊਰਜਾ ਦੀ ਵਪਾਰਕ ਇਕਾਈ ਕੀ ਹੈ ਤੁਹਾਨੂੰ ਪਿੱਛੇ ਹੁਣੇ ਦੱਸਿਆ ਬਿਜਲੀ ਊਰਜਾ ਦੀ ਇਕਾਈ ਉਹੀ ਹੈ ਜਿਹੜੀ એનર્ਜੀ ਮੀਟਰ ਮਾਪਦਾ ਹੈ ਘਰਾਂ ਦੇ ਵਿੱਚ એનર્ਜੀ ਮੀਟਰ ਜਿਹੜੀ ਇਕਾਈ ਦੇ ਨਾਲ ਊਰਜਾ ਦੀ ਕੰਜ਼ਮਪਸ਼ਨ ਹੈ ਜਿਹੜੀ ਖਪਤ ਨੂੰ ਮਾਪਿਆ ਜਾਂਦਾ ਸੋ ਦਾ ਕਮਰਸ਼ੀਅਲ ਯੂਨਟ ਆਫ ਇਲੈਕਟ੍ਰੀਕਲ એનર્ਜੀ ਇਜ਼ ਕਿਲੋਵਾਟ ਆਰ ਇਹਦੇ ਚ ਵੀ B অপশন ਹੈ ਜਿਹੜੀ ਉਹ ਸਹੀ ਆਨਸਰ ਹੈ ਸੋ ਕਿਲੋਵੋਟ ਆਰ ਇਸ ਦਾ ਕਮਰਸ਼ੀਅਲ ਯੂਨਿਟ ਆਫ ਇਲੈਕਟ੍ਰੀਕਲ એનર્ਜੀ ਕਮਰਸ਼ੀਅਲ ਯੂਨਿਟ ਨੇ ਵਾਟ ਆਰ ਵੀ ਇੱਥੇ ਲਿਖਿਆ ਵਾਟ ਆਰ ਵੀ ਊਰਜਾ ਦੀ ਇਕਾਈ ਹੈ ਪਰੰਤੂ ਵਪਾਰਕ ਇਕਾਈ ਨਹੀਂ ਹੈ ਇਸ ਲਈ ਵਪਾਰਕ ਇਕਾਈ ਹੈ ਜਿਹੜੀ ਬਿਜਲੀ ਊਰਜਾ ਦੀ ਕੰਜ਼ਮਪਸ਼ਨ ਹੈ ਜਿਹੜੀ ਖਪਤ ਹੈ ਜਿਹੜੀ ਮਾਪੀ ਜਾਂਦੀ ਉਹ ਕਿਲੋਵੋਟ ਆਰ ਦੇ ਵਿੱਚ ਇਸ ਲਈ B অপਸ਼ਨ ਹੈ ਜਿਹੜੀ ਉਸਹੀ ਉੱਤਰ ਹੋਏਗਾ ਸੋ ਇਹ ਸੀਗੇ ਤਿੰਨੋਂ ਸ਼ਿਫਟਾਂ ਦੇ ਵੱਖ-ਵੱਖਰੇ ਤਰ੍ਹਾਂ ਦੇ ਪ੍ਰਸ਼ਨ ਅਪਰੈਂਟਸ਼ਿਪ ਦੇ ਪੇਪਰ 'ਚ ਜੋ ਪੁੱਛੇਗੇ ਸੋ ਤੁਸੀਂ ਇਹ 25 ਕੁਆਂਟੀਟੀਆਂ ਜਿਹੜੀਆਂ ਤੁਹਾਡੇ ਨਾਲ ਡਿਸਕਸ ਕੀਤੀਆਂ ਪੈਰਾਮੀਟਰ ਜਿਹੜੇ ਡਿਸਕਸ ਕੀਤੇ ਉਹਨਾਂ ਦੇ ਯੂਨਿਟ ਚੰਗੀ ਤਰ੍ਹਾਂ ਯਾਦ ਕਰ ਲੈਣੇ ਆ ਤਾਂ ਕਿ ਤੁਹਾਨੂੰ ਇਹੋ ਜਿਹਾ ਕੋਈ ਵੀ 1 2 3 ਕੁਐਸਚਨ ਆਉਂਦਿਆ ਤਾਂ ਤੁਸੀਂ ਈਜ਼ਲੀ ਟੈਕ ਕਰ ਸਕੋ ਜਿਆਦਾ ਕੁਝ ਕੰਪਲੈਕਸ ਨਹੀਂ ਇਹਦੇ ਵਿੱਚ ਟਫ ਨਹੀਂ ਹੈ ਸਿਰਫ ਯਾਦ ਕਰਨੇ ਆ ਤੁਸੀਂ ਯੂਨਿਟ ਔਰ ਪੈਰਾਮੀਟਰ ਤਾਂ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇਗੀ ਵੀ ਵੀਡੀਓ ਦੇ ਵਿੱਚ ਮਿਲੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਔਰ ਆਪਣੇ ਸਾਥੀਆਂ ਦੇ ਨਾਲ ਵਤ ਤੋਂ ਵਤ ਸ਼ੇਅਰ ਕਰਨਾ ਤਾਂ ਕਿ ਸਾਰਿਆਂ ਸਾਥੀਆਂ ਤੱਕ ਇਹ ਜਿਹੜੀ ਵੀਡੀਓ ਪਹੁੰਚੇ ਤਾਂ ਉਹਨਾਂ ਦੀ ਹੈਲਪ ਹੋਵੇ ਆਉਣ ਵਾਲੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਏਲਮ ਪੀਐਸਪੀਸੀਲ ਦੇ ਵੱਲੋਂ ਜਿਹੜੇ ਭਰਤੀ ਕੀਤੇ ਜਾ ਰਿਹਾ ਉਹਨਾਂ ਦੇ ਐਗਜ਼ਾਮ ਦੇ ਵਿੱਚ ਵੀ ਇਹ ਕੁਐਸਚਨ ਪੁੱਛੇ ਜਾ ਸਕਦੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੇ ਟੌਪਿਕਸ ਦੇ ਨਾਲ ਤੁਹਾਡੇ ਤੱਕ ਪਹੁੰਚਦੇ ਰਵਾਂਗੇ ਸੋ ਕਿਸੇ ਨਵੀਂ ਜਾਣਕਾਰੀ ਨਵੇਂ ਟੌਪਿਕ ਦੇ ਨਾਲ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਗੁੱਡ ਲੱਕ